ਪਿੰਡ ਦਾ ਟੋਭਾ ਅਤੇ ਕੁਦਰਤੀ ਜਿਹੜੀ ਪਿੰਡਾਂ ਦੇ ਪੰਛੀ ਅਤੇ ਜਾਨਵਰ ਅਤੇ ਮੋਰ। ਕਿਸੇ ਨੇ ਸੱਚ ਕਿਹਾ ਕਿ ਜੇ ਜੰਨਤ ਹੈ ਤਾਂ ਉਹ ਪਿੰਡਾਂ ਦੇ ਵਿੱਚ ਆ, ਅਤੇ ਪਿੰਡਾਂ ਦੇ ਵਿੱਚ ਸਭ ਕੁਛ ਕੁਦਰਤੀ ਤੁਹਾਨੂੰ ਮਿਲਦਾ। ਕੁਦਰਤ ਜਿਹੜੀ ਆ ਉਹ ਆਪ ਮੁਹਾਰੇ ਜਿਵੇਂ ਪਿੰਡਾਂ ਦੇ ਵਿੱਚ ਵੱਸਦੀ ਆ। ਆਹ ਤੁਸੀਂ ਦੇਖ ਰਹੇ ਆ ਮੁਰਗਾਬੀ ਆ, ਜਿਹੜੀ ਕਿ ਜਲ ਦਾ ਵੀ ਜੀਵ ਆ ਅਤੇ ਇਹ ਧਰਤੀ ਉੱਪਰ ਵੀ ਆਪਣੀ ਗੁਜ਼ਰ ਬਸਰ ਕਰਦੀ ਆ। ਆਹ ਤੁਹਾਨੂੰ ਦਿਖਾਉਂਦੇ ਆ ਕਿ ਇੱਕ ਮੁਰਗਾਬੀ ਇਸ ਜਾਨਵਰ ਨੂੰ ਕਹਿੰਦੇ ਆ। ਸੋ ਇਹਦੇ ਪੈਰਾਂ ਦੇ ਵਿੱਚ ਜਿਹੜੇ ਕਿਸਾਨ ਵੀਰ ਯੂਰੀਆ ਜਾਂ ਡਾਈ ਜਾਂ ਕਿਸੇ ਵੀ ਚੀਜ਼ ਦੇ ਜਿਹੜੇ ਧਾਗੇ ਆ ਉਹ ਆਪਾਂ ਜਦੋਂ ਥੈਲਾ ਖੋਲਦੇ ਹਾਂ ਤਾਂ ਉਹਨੂੰ ਆਪਾਂ ਏਦਾਂ ਹੀ ਸੁੱਟ ਦਿੰਦੇ ਹਾਂ। ਸੋ ਇਹ ਮੁਰਗਾਬੀ ਦੇ ਪੈਰਾਂ ਦੇ ਵਿੱਚ ਇਹ ਜਿਹੜੇ ਧਾਗਾ ਆ ਇਹ ਪੂਰੀ ਤਰ੍ਹਾਂ ਫਸ ਚੁੱਕਾ। ਸੋ ਇਹ ਪਤਾ ਨਹੀਂ ਵਿਚਾਰੀ ਕਿੰਨੇ ਦਿਨ ਤੋਂ ਇਸੇ ਤਰ੍ਹਾਂ ਹੀ ਆਵਾ ਜਾ ਰਹੇ ਘੁੰਮ ਰਹੀ ਹੋਣੀ ਆ। ਸੋ ਜੇ ਇਹ ਨਜ਼ਰੀ ਨਾ ਪੈਂਦੀ ਆ ਛੋਟਾ ਵੀਰ ਆ ਇਹਦੇ ਇਹਨੂੰ ਇਹ ਜਿਹੜੀ ਮੁਰਗਾਬੀ ਆ ਇਹ ਦੇਖੀ ਅਤੇ ਇਹ ਉੱਥੋਂ ਚੁੱਕ ਕੇ ਲੈ ਕੇ ਆਇਆ। ਸੋ ਅਸੀਂ ਕਿਹਾ ਵੀ ਚਲੋ ਇਸ ਇਹਦੀ ਵੀਡੀਓ ਬਣਾਉਂਦੇ ਹਾਂ ਤਾਂ ਕਿ ਮੈਸੇਜ ਜਿਹੜਾ ਆ ਉਹ ਪੂਰੀ ਦੁਨੀਆਂ ਦੇ ਵਿੱਚ ਜਾਵੇ। ਇੱਕ ਜਦੋਂ ਅਸੀਂ ਬਾਲ ਜਿਹੜੇ ਆ ਉਹ ਵਾਹੁੰਦੇ ਹਾਂ ਅਤੇ ਉਹ ਵੀ ਅਸੀਂ ਇੱਦਾਂ ਸੁੱਟ ਦਿੰਦੇ ਹਾਂ, ਉਹ ਤਾਂ ਇਸ ਤੋਂ ਵੀ ਜ਼ਿਆਦਾ ਖਤਰਨਾਕ ਆ। ਜਦ ਕਿ ਇਹ ਪੰਛੀਆਂ ਦੇ ਜਿਹੜੇ ਪੈਰ ਆ ਉਹਨਾਂ ਦੇ ਨਾਲ ਲਿਪਟ ਜਾਂਦੇ ਆ ਅਤੇ ਫਿਰ ਪੈਰ ਹੀ ਉੱਥੋਂ ਵੱਢਿਆ ਜਾਂਦਾ। ਸੋ ਕਿਸਾਨ ਵੀਰਾਂ ਨੂੰ ਇਹ ਵੀ ਬਹੁਤ ਜ਼ਿਆਦਾ ਅਪੀਲ ਆ ਸਾਡੀ ਕਿ ਇੱਦਾਂ ਜਿਹੜੇ ਧਾਗੇ ਆ ਜਾਂ ਬਾਲ ਆ ਉਹ ਨਾ ਸੁੱਟੇ ਜਾਣ, ਉਹਨਾਂ ਨੂੰ ਪ੍ਰੋਪਰ ਕਿਸੇ ਜਗ੍ਹਾ 'ਤੇ ਰੱਖਿਆ ਜਾਵੇ। ਸੋ ਆਹ ਦੇਖੋ ਵਿਚਾਰੀ ਦੇ ਕਿਵੇਂ ਇਹ ਉਹਦੇ 'ਤੇ ਨਿਸ਼ਾਨ ਜਿਹੜੇ ਆ ਉਹ ਪੈ ਚੁੱਕੇ ਆ। ਸੋ ਪਤਾ ਨਹੀਂ ਕਿੰਨੀਆਂ ਕੁ ਅਸੀਸਾਂ ਇਸ ਪੰਛੀ ਨੇ ਇਹ ਜਿਹੜੀਆਂ ਕਿ ਦੇਣੀਆਂ ਤਾਂ ਕਿ ਇਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਇਹ ਕੰਮ ਇਹ ਸੇਵਾ ਦਾ ਕਹਿ ਲਓ ਇਹ ਕੰਮ ਕੀਤਾ। ਕਹਿੰਦੇ 68 ਤੀਰਥ ਸਗਲ ਪੁੰਨ ਜੀਵ ਦਇਆ ਪ੍ਰਵਾਨ। ਜੇ ਇੱਕ ਜੀਵ ਦੇ ਉੱਤੇ ਕਹਿੰਦੇ ਦਇਆ ਕੀਤੀ ਜਾਵੇ ਤਾਂ 68 ਤੀਰਥਾਂ 'ਤੇ ਜਾਣ ਦਾ ਜਿੰਨਾ ਫਲ ਹੈਗਾ ਆ ਉਹ ਫਲ ਇਹ ਕਹਿੰਦੇ ਮਿਲਦਾ ਆ। ਸੋ ਇਹ ਵੀਰ ਬਹੁਤ ਵਧੀਆ ਇਹ ਤੁਸੀਂ ਉਪਰਾਲਾ ਕਰਿਆ। ਛੱਡੋ ਜਰਾ ਛੱਡੋ ਦੇਖੋ ਕਿ ਇਹ ਕਿਵੇਂ ਆ ਦੇਖੋ ਇਹ ਵਿਚਾਰੀ ਬਹੁਤ ਹੀ ਪਤਾ ਨਹੀਂ ਕਿੰਨੇ ਦਿਨ ਦਾ ਕੁਛ ਖਾਧਾ ਵੀ ਨਹੀਂ ਹੋਣਾ। ਸੋ ਹੁਣ ਤਾਂ ਕੁਛ ਅਡਾਰੂ ਜਿਹੜੀ ਇਹ ਹੋ ਚੁੱਕੀ ਆ। ਸੋ ਬਹੁਤ ਹੀ ਇਹ ਵਧੀਆ ਇਹ ਹੋਵੇਗਾ ਜੇ ਸਾਡੇ ਵੀਰ ਇਸ ਵੀਡੀਓ ਨੂੰ ਦੇਖ ਕੇ ਇਹ ਅੱਗੇ ਤੋਂ ਇਹ ਕੁਤਾਹੀ ਜਿਹੜੀ ਆ ਉਹ ਨਾ ਕਰਨ। ਸੋ ਦੇਖੋ ਕਿਵੇਂ ਆ ਜਿਹੜੇ ਮੋਰ ਆ ਇਹ ਮੁਰਗਾਬੀ ਇਸ ਟਾਈਮ ਬੈਠੀ ਆ ਅਤੇ ਹੁਣੇ ਹੁਣੇ ਅਸੀਂ ਇਹਦੇ ਜਿਹੜੇ ਪੈਰਾਂ ਦੇ ਵਿੱਚ ਧਾਗਿਆਂ ਦੇ ਨਾਲ ਇਹ ਉਲਝਿਆ ਹੋਇਆ ਸੀ ਅਸੀਂ ਇਹਨੂੰ ਖੋਲ੍ਹਿਆ। ਸੋ ਮੋਰ ਉਹਦੇ ਕੋਲ ਆ ਕੇ ਜਿਵੇਂ ਉਹਨੂੰ ਦਿਲਾਸਾ ਦਿੰਦੇ ਹੋਣ ਕਿ ਕੋਈ ਨਹੀਂ ਵੀ ਹੁਣ ਤੂੰ ਬਿਲਕੁਲ ਠੀਕ ਆ ਅਤੇ ਤੰਦਰੁਸਤ ਆ।